ਜਦੋਂ ਮੈਂ ਦੀਵਾਨ ਦੀ ਸਮਾਪਤੀ ਕੀਤੀ ਹੈ ਤਾਂ ਉਸ ਵੇਲੇ ਅਕਾਲ ਤਖਤ ਸਾਹਿਬ ਤੋਂ ਇੱਕ ਚਿੱਠੀ ਆਈ ਜਿਹੜੀ ਮੈਂ ਪੜ੍ਹੀ ਹੈ। ਗੁਰਬਚਨ ਸਿੰਘ ਜਥੇਦਾਰ ਨੇ ਕਿਹਦੇ ਕਹਿਣ ਦੇ ਉੱਤੇ ਸਰਸੇ ਵਾਲੇ ਨੂੰ ਮਾਫ਼ ਕੀਤਾ ਸੀ? ਅਕਾਲ ਤਖਤ ਜਿਹੜਾ ਸਿਸਟਮ ਹੈ ਨਾ ਉੱਥੋਂ ਦਾ, ਉਹ ਅੱਜ ਢਾਂਚਾ ਸਾਰੇ ਦਾ ਸਾਰਾ ਸਿਸਟਮ ਕਰਪਟ ਹੋ ਗਿਆ, ਉਹ ਆਪਣਿਆਂ ਦੀਆਂ ਕੱਛ ਵਿੱਚ ਅਤੇ ਦੂਜਿਆਂ ਦੀਆਂ ਹੱਥ 'ਚ ਰੱਖ। ਵੀ ਮੈਂ ਅੱਜ ਕਹਿ ਰਿਹਾ ਮੇਰੇ ਤੋਂ 10 ਸਾਲ ਬਾਅਦ ਕਿੰਨੇ ਵਧੀਆ ਬੰਦੇ ਹੋਰ ਆਉਣਗੇ, ਹੋਰ ਅੱਗੇ ਤੋਂ ਅੱਜ ਤੋਂ 50 ਸਾਲ ਬਾਅਦ ਮੈਨੂੰ ਤਾਂ ਕਮਲਾ ਸਮਝਣਗੇ ਅਗਲੇ, ਵੀ ਇਹਨਾਂ ਨੂੰ ਕੀ ਆਉਂਦਾ। ਸਿੱਖ ਸਿੰਘ ਅਜਨਾਲੇ ਨੂੰ ਇਹ ਧਮਕੀ ਦੇਵਾਂ ਵੀ ਅਜਨਾਲੇ ਨੂੰ ਕੁੱਟ ਕੇ ਉਹਦੇ ਵਿੱਚ ਬੋਰੀ 'ਚ ਪਾ ਕੇ ਬੰਦ ਕਰਕੇ ਕਰਾਂਗੇ ਤਾਂ ਉਹਨੂੰ ਵੀ ਇੰਨੀ ਹੀ ਪ੍ਰੋਟੈਕਸ਼ਨ ਮਿਲੂਗੀ ਨਾ ਜੀ। ਇਹ ਮੈਂ ਸਰਕਾਰ ਦੀ ਸ਼ਹਿ 'ਤੇ ਕੰਮ ਕਰਦਾ ਜਾਂ ਮੈਂ ਸਰਕਾਰੀ ਹਾਂ? ਫਿਰ ਹਰਨਾਮ ਸਿੰਘ ਧੁੰਮਾ ਅੰਦਰ ਹੁੰਦਾ। ਕੱਲ੍ਹ ਅਮਰੀਕ ਸਿੰਘ ਜਨਾਲੇ ਨੇ ਵੀ ਕਹਿਤਾ ਆ ਵੀ ਜੋਗੇ ਰੱਲੇ ਆਪਾਂ ਜਾਣਾ ਆ, ਅੱਜ ਆਡੀਓ ਘੁੰਮਦੀ ਹੈ, ਆਪਾਂ ਪ੍ਰਸ਼ਾਸਨ ਨੂੰ ਨਹੀਂ ਦੱਸਣਾ, ਆਪਾਂ ਚੋਰੀ ਜਾਣਾ। ਐ ਨਹੀਂ ਲੱਗਦਾ ਵੀ ਇਹ ਨਿਰੰਕਾਰੀ ਠੱਤਰ ਵਾਲਾ ਕਾਂਡ ਦੁਬਾਰਾ ਦੁਹਰਾਉਣਾ ਚਾਹੁੰਦੇ ਆ? ਮੈਨੂੰ ਇਹ ਲੱਗਦਾ ਜੀ ਕਿ ਕੱਲ੍ਹ ਜਦੋਂ ਮੈਂ ਦੀਵਾਨ ਦੀ ਸਮਾਪਤੀ ਕੀਤੀ ਹੈ ਤਾਂ ਉਸ ਵੇਲੇ ਅਕਾਲ ਤਖਤ ਸਾਹਿਬ ਤੋਂ ਇੱਕ ਚਿੱਠੀ ਆਈ ਜਿਹੜੀ ਮੈਂ ਪੜ੍ਹੀ ਹੈ, ਬਾਅਦ 'ਚ ਪਤਾ ਲੱਗਿਆ। ਤਾਂ ਮੈਨੂੰ ਇਹ ਲੱਗਦਾ ਕਿ ਜਿਹੜਾ ਇਹ ਰੌਲਾ ਪੈ ਰਿਹਾ, ਅਕਾਲ ਤਖਤ ਸਾਹਿਬ ਦੇ ਉੱਤੇ ਮੈਂ ਪੇਸ਼ ਨਹੀਂ ਹੋਇਆ, 5 ਮੈਂਬਰੀ ਉਹਨਾਂ ਨੇ ਕਮੇਟੀ ਬਣਾਈ ਸੀ, ਮੈਂ ਉਹਨਾਂ ਦੀ ਕਮੇਟੀ ਅੱਗੇ ਗਿਆ ਨਹੀਂ, ਤਾਂ ਮੈਨੂੰ ਇਹ ਲੱਗਦਾ ਕਿ ਇਹ ਉਸੇ ਦਾ ਹੀ ਇੱਕ ਰੂਪ ਹੈ ਜਿਹੜਾ ਇਹਨਾਂ ਨੇ 1 ਮਹੀਨੇ ਦਾ ਟਾਈਮ ਦੇ ਦਿੱਤਾ ਅਤੇ ਉੱਧਰੋਂ ਇਹਨਾਂ ਬੰਦਿਆਂ ਨੂੰ ਵੀ ਹੱਲਾਸ਼ੇਰੀ ਬੈਕ ਤੋਂ ਮਿਲੀ ਹੈ। ਕਿਉਂਕਿ ਜੇ ਇਹਨਾਂ ਨੂੰ ਅੱਜ ਦੁੱਖ ਲੱਗਿਆ ਵੀ ਢੱਡਰੀਆਂ ਵਾਲਾ ਗਲਤ ਪ੍ਰਚਾਰ ਕਰਦਾ, ਗੱਲਾਂ ਤਾਂ ਉਹੀ ਹੈ ਜਿਹੜੀਆਂ 3 ਸਾਲ ਦੀਆਂ ਕਰ ਰਹੇ ਆ, ਪੰਜਾਬ ਦੇ ਵਿੱਚ ਕਿਤੇ ਵੀ ਇਹ ਪ੍ਰੋਗਰਾਮ ਰੋਕਣ ਵਾਸਤੇ ਨਹੀਂ ਗਏ। ਸੋ ਮੈਨੂੰ ਇਹ ਲੱਗਦਾ ਵੀ ਇਹ ਜਿਹੜਾ ਪ੍ਰੋਗਰਾਮ ਰੋਕਣ ਵਾਲੇ ਇਹ ਬੰਦੇ ਨਵੇਂ ਆਏ ਔਰ ਪੰਜਾਬ ਦੇ ਵਿੱਚ ਨਹੀਂ ਕਰਨ ਦੇਣਾ, ਇਹ ਬੰਦਿਆਂ ਨੂੰ ਉਸੇ ਹੀ ਇੱਕ ਉਹਦਾ ਹੀ ਇੱਕ ਪਾਰਟ ਸਮਝਿਆ ਜਾਵੇ। ਕਿਉਂਕਿ ਅਕਾਲ ਤਖਤ ਦਾ ਇੱਕ ਜਿਹੜਾ ਢਾਂਚਾ ਆ, ਜਿਹੜਾ ਸਿਸਟਮ ਹੈ, ਮੈਂ ਉਹਦੇ ਅੱਗੇ ਪੇਸ਼ ਇਸ ਕਰਕੇ ਨਹੀਂ ਹੋਇਆ ਸੀ, ਮੈਂ ਕਿਹਾ ਸੀ ਜੇ 5 ਮੈਂਬਰੀ ਕਮੇਟੀ ਅਕਾਲ ਤਖਤ ਨੇ ਬਣਾਈ ਹੈ ਅਤੇ ਗੁਰਬਚਨ ਸਿੰਘ ਜਥੇਦਾਰ ਨੇ ਕਿਹਦੇ ਕਹਿਣ ਦੇ ਉੱਤੇ ਸਰਸੇ ਵਾਲੇ ਨੂੰ ਮਾਫ਼ ਕੀਤਾ ਸੀ, ਉਹਦੇ ਵਾਸਤੇ 5 ਮੈਂਬਰੀ ਕਮੇਟੀ ਕਿਉਂ ਨਹੀਂ ਬਣਾਈ? ਬਾਕੀ ਜਿਹੜੇ ਬਾਬਿਆਂ ਨੇ ਆਪੋ ਆਪਣੀਆਂ ਮਰਿਆਦਾਵਾਂ ਬਣਾਈਆਂ ਨੇ, ਉਹਦੇ ਵਾਸਤੇ ਜਥੇਦਾਰਾਂ ਨੇ 5 ਮੈਂਬਰੀ ਕਮੇਟੀ ਕਿਉਂ ਨਹੀਂ ਬਣਾਈ? ਸਾਡੇ ਵਾਰੀ ਤਾਂ ਫਟਾਫਟ 5 ਮੈਂਬਰੀ ਕਮੇਟੀ ਬਣਾਤੀ, 5 ਮੈਂਬਰੀ ਕਮੇਟੀ ਅੱਗੇ ਮੈਂ ਪੇਸ਼ ਨਹੀਂ ਹੋਇਆ। ਤਾਂ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਇਹਨਾਂ ਨੇ 1 ਮਹੀਨੇ ਦਾ ਉੱਧਰੋਂ ਟਾਈਮ ਦੇ ਤਾ ਅਤੇ ਨਾਲ ਇਹਨਾਂ ਬੰਦਿਆਂ ਨੂੰ ਹੱਲਾਸ਼ੇਰੀ ਦੇ ਦਿੱਤੀ ਪ੍ਰੈਸ਼ਰ ਬਿਲਡ ਕਰਨ ਵਾਸਤੇ, ਵੀ ਇੱਥੇ ਦੀਵਾਨ ਨੇ ਇੱਥੇ ਰੌਲਾ ਪਾਓ, ਦੂਜੀ ਜਗ੍ਹਾ ਦੀਵਾਨ ਨੇ ਦੂਸਰੀ ਜਗ੍ਹਾ ਰੌਲਾ ਪਾਓ। ਜੇ 5-4 ਜਗ੍ਹਾ ਰੌਲਾ ਪੈ ਗਿਆ ਤਾਂ ਆਪਣੇ ਆਪ ਹੀ ਅਕਾਲ ਤਖਤ ਦੇ ਉੱਤੇ ਆ ਕੇ ਡਿੱਗੂਗਾ, ਇਹ ਤਰੀਕਾ ਆ। ਜਿਹੜਾ ਤੁਹਾਨੂੰ 1 ਮਹੀਨੇ ਦਾ ਸਮਾਂ ਦਿੱਤਾ ਗਿਆ ਹੁਣ, ਕੀ ਤੁਸੀਂ ਉਸ ਮਹੀਨੇ ਪਹਿਲਾਂ ਵਾਲੀ ਗੱਲ ਦੇ ਉੱਪਰ ਕਾਇਮ ਹੋ ਜਾਂ 1 ਮਹੀਨੇ ਬਾਅਦ ਤੁਸੀਂ ਜਾਓ? ਮੈਂ ਤਾਂ ਕਹਿੰਦਾ ਜੀ ਅਕਾਲ ਤਖਤ ਜਿਹੜਾ ਸਿਸਟਮ ਹੈ ਨਾ ਉੱਥੋਂ ਦਾ, ਉਹ ਅੱਜ ਢਾਂਚਾ ਸਾਰੇ ਦਾ ਸਾਰਾ ਸਿਸਟਮ ਕਰਪਟ ਹੋ ਗਿਆ, ਉਹ ਆਪਣਿਆਂ ਦੀਆਂ ਕੱਛ ਵਿੱਚ ਅਤੇ ਦੂਜਿਆਂ ਦੀਆਂ ਹੱਥ 'ਚ ਰੱਖਦੇ ਆ। ਮੈਂ ਕਹਿੰਦਾ ਵੀ ਸਾਰਿਆਂ ਲਈ ਫੇਰ ਕਰੋ, ਜੇ ਸਾਡੇ ਵਾਸਤੇ ਕੋਈ ਮਰਿਆਦਾ ਤਾਂ ਬਾਕੀਆਂ ਲਈ ਵੀ ਬਣਾਓ। ਜੇ ਹੁਣ ਵੇਖੋ, ਮੈਂ ਤਾਂ ਇੱਥੇ ਤੱਕ ਵੀ ਕਹਿਣ ਨੂੰ ਤਿਆਰ ਹਾਂ, ਸਾਰੇ ਮੀਡੀਆ 'ਚ ਤੁਸੀਂ ਮੇਰੀ ਗੱਲ ਦੇ ਸਕਦੇ ਹੈ, ਵੀ ਪ੍ਰਚਾਰਕਾਂ ਵਾਸਤੇ ਇੱਕ ਸਿਸਟਮ ਬਣਾ ਦਿਓ ਵੀ ਆਹੀ ਬੋਲਣਾ, ਨਾ ਤਾਂ ਕੋਈ ਬਾਬੇ ਗੱਪ ਕਹਾਣੀਆਂ ਸੁਣਾ ਸਕਣ ਅਤੇ ਨਾ ਕੋਈ ਹੋਰ ਪ੍ਰਚਾਰਕ ਬੋਲ ਸਕੇ। ਅਕਾਲ ਤਖਤ ਇੱਕ ਪ੍ਰੋਪਰ ਸਿਸਟਮ ਬਣਾ ਦੇਵੇ, ਕੋਈ ਵੀ ਸੰਪਰਦਾ ਜਿਹੜੀ ਸਿੱਖ ਹੈ, ਕੋਈ ਵੀ ਜਥੇਬੰਦੀ, ਚਾਹੇ ਉਹ ਦਮਦਮੀ ਟਕਸਾਲ ਹੈ, ਚਾਹੇ ਉਹ ਮਿਸ਼ਨਰੀ ਕਾਲਜ ਹੈ, ਚਾਹੇ ਉਹ ਨਾਨਕਸਰ ਹੈ, ਇੱਕ ਢਾਂਚਾ ਬਣਾਉਣ ਵੀ ਆਹ ਇੱਕ ਸਿਸਟਮ ਹੈ, ਇਦੋਂ ਬਾਹਰ ਕੋਈ ਪ੍ਰਚਾਰਕ ਬੋਲੂਗਾ ਨਹੀਂ। ਜਿਹੜੇ ਪ੍ਰਚਾਰਕ ਨੂੰ ਚੰਗਾ ਲੱਗੂਗਾ ਉਹ ਪ੍ਰਚਾਰ ਕਰ ਲੂਗਾ, ਜਿਹਨੂੰ ਨਹੀਂ ਚੰਗਾ ਲੱਗੂਗਾ ਉਹ ਆਪਣੇ ਘਰ ਬੈਠ ਜੂਗਾ, ਇੱਕ ਸਿਸਟਮ ਹੋਵੇ। ਪਰ ਪ੍ਰੋਬਲਮ ਇਹ ਹੈ ਵੀਰ ਜੀ ਵੀ ਇੱਕ ਬੰਦਿਆਂ ਨੂੰ ਤਾਂ 10ਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਨ ਦੀ ਆਗਿਆ ਵੀ ਦੇ ਦਿੰਦੇ ਹੈ, ਚੋਰ ਵੀ ਕਰੋ ਬਰਾਬਰ ਪ੍ਰਕਾਸ਼ ਵੀ ਕਰੋ, ਚਾਹੇ 10ਮ ਗ੍ਰੰਥ ਦੇ ਅਖੰਡ ਪਾਠ ਕਰੋ, ਇੱਕ ਧੜੇ ਨੂੰ ਤਾਂ ਇੰਨਾ ਵੀ ਸ਼ਹਿ ਹੈ ਅਤੇ ਦੂਜੇ ਧੜੇ ਨੂੰ ਇੱਕ ਇੰਨਾ ਵੀ ਕਹਿਣ ਦਾ ਹੱਕ ਨਹੀਂ ਕਿ ਇਹਦੇ ਵਿੱਚ ਕੁਛ ਮਿਲਾਵਟ ਹੈ। ਇੰਨਾ ਵੀ ਜੇ ਕਹੋਗੇ ਅਕਾਲ ਤਖਤ ਤੋਂ ਤੁਹਾਨੂੰ ਛੇਕ ਦਿੱਤਾ ਜਾਂਦਾ। ਇੱਕ ਗਰੁੱਪ ਜਿਹੜਾ ਇਹਨਾਂ ਨਾਲ ਜੁੜਿਆ ਹੋਇਆ ਉਹ ਜੋ ਮਰਜ਼ੀ ਆਪ ਹੁਦਰੀਆਂ ਕਰੇ, ਉਹਨਾਂ ਨੂੰ ਸਾਰੀਆਂ ਪਰਮਿਸ਼ਨਾਂ ਦਿੰਦੇ ਹੈ, ਅਤੇ ਜਿਹੜਾ ਬੰਦਾ ਇਹਨਾਂ ਦੇ ਉਲਟ ਹੈ ਉਹਦੀ ਨਿੱਕੀ ਜਿਹੀ ਗੱਲ ਫੜ ਕੇ ਉਹਨੂੰ ਪੰਥ 'ਚੋਂ ਬਾਹਰ ਕੱਢਣ ਦਾ ਰਾਹ ਵਿਖਾਉਂਦੇ ਆ। ਪ੍ਰੋਬਲਮ ਇਹ ਹੈ ਉਹਦੀ ਇੰਟਰਪ੍ਰੀਟੇਸ਼ਨ ਤੇ ਇਹਨਾਂ ਨੂੰ ਇਤਰਾਜ਼ ਕਿਉਂ ਜਿਹੜੀ ਤੁਸੀਂ? ਹਾਂ, ਫਰਕ ਇਹ ਹੈ ਵੀਰ ਜੀ, ਆਪਾਂ ਪ੍ਰੈਕਟੀਕਲ ਸੋਚਦੇ ਹਾਂ। ਮੈਂ ਸੋਚਦਾ ਕਿ ਲੌਜੀਕਲ ਸੋਚੋ, ਪ੍ਰੈਕਟੀਕਲ ਸੋਚੋ। ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੇ ਤੁਹਾਡੀਆਂ ਕਰਾਮਾਤਾਂ ਵਾਲੀਆਂ ਗੱਲਾਂ ਕਰਕੇ ਧਰਮ ਨਾਲ ਨਹੀਂ ਜੁੜਨਾ। ਗੁਰੂ ਗ੍ਰੰਥ ਸਾਹਿਬ ਤੋਂ ਲੋਕ ਦੂਰ ਜਾਣਗੇ, ਕਰਾਮਾਤਾਂ ਵਾਲੀਆਂ ਗੱਲਾਂ ਛੱਡ ਕੇ ਪ੍ਰੈਕਟੀਕਲ ਸੋਚੋ। ਕਿਉਂਕਿ ਆਉਣ ਵਾਲੇ ਬੱਚੇ ਜਿਹੜੇ ਨੇ ਪੜ੍ਹੇ ਲਿਖੇ ਹੈ, ਉਹ ਸਾਡੇ ਵਰਗੇ ਪੁਰਾਣੇ ਕਮਲੇ ਤਾਂ ਹੈ ਨਹੀਂ, ਉਹ ਸਾਇੰਸ ਪੜ੍ਹੇ ਹੈ, ਅਤੇ ਉਹਨਾਂ ਨੂੰ ਅੱਜ ਦੇ ਹਿਸਾਬ ਨਾਲ ਪ੍ਰੈਕਟੀਕਲ ਸਮਝਾਈਏ ਸਾਡੀ ਅਤੇ ਇਹਨਾਂ ਦੇ ਅਰਥਾਂ ਵਿੱਚ
ਇਹ ਫਰਕ ਇਹ ਕਹਿੰਦੇ ਨੇ ਵੀ ਫੇਸ ਦਾ ਤੇ ਲੌਜੀਕ ਦਾ ਕੋਈ ਮੇਲ ਨਹੀਂ ਹੁੰਦਾ। ਨਹੀਂ ਨਹੀਂ, ਲੌਜੀਕ ਪਹਿਲਾਂ ਵੇਖੋ ਵੀਰ ਜੀ, ਭਰੋਸਾ ਹੈ ਨਾ ਜਿਹੜਾ, ਪਹਿਲੇ ਨੰਬਰ ਦੇ ਉੱਤੇ ਅਸੀਂ ਤਰਕ ਹੀ ਕਰਦੇ ਹਾਂ ਵੀ ਆਹ ਬੰਦਾ ਗੱਡੀ ਇੰਨੀ ਸਸਤੀ ਕਿਉਂ ਦੇ ਰਿਹਾ, ਇਹ ਮਾਇੰਡ 'ਚ ਤਰਕ ਆਉਂਦਾ, ਫਿਰ ਪਤਾ ਲੱਗਦਾ ਵੀ ਗੱਲ ਕੁਝ ਹੋਰ ਹੈ, ਇਹ ਗੱਡੀ 'ਚ ਨੁਕਸ ਹੈ, ਕੋਈ ਪ੍ਰੋਬਲਮ ਹੈ। ਸ਼ਰਧਾ ਬਾਅਦ ਵਿੱਚ ਹੈ, ਪਹਿਲਾਂ ਦਿਮਾਗ ਚੱਲਣਾ ਚਾਹੀਦਾ, ਵਿਚਾਰਨਾ ਚਾਹੀਦਾ ਵੀ ਇਹ ਗੱਲ ਗਲਤ ਹੈ, ਠੀਕ ਹੈ। ਗੁਰੂ ਸਾਹਿਬ ਦੇਖੋ ਸ਼ੁਰੂ ਹੀ ਇੱਥੋਂ ਹੁੰਦੇ ਨੇ, ਸੋਚਿਆ ਸੋਚਣਾ ਹੋਵੇ, ਜੇ ਸੋਚੀ ਲੱਖ ਵਾਰ ਲੱਖਾਂ ਵਾਰੀ ਨਹਾ ਲਓ, ਬੰਦਾ ਇਹਦੇ ਨਾਲ ਪਵਿੱਤਰ ਨਹੀਂ ਹੁੰਦਾ। ਕੀ ਇਹ ਤਰਕ ਨਹੀਂ? ਇੱਥੇ ਫੇਤ ਤਾਂ ਅਗਲਿਆਂ ਦਾ, ਤਾਂ ਫੇਤ ਸੀ, ਨਹਾਉਂਦੇ ਸੀ ਅਗਲੇ, ਪਰ ਗੁਰੂ ਸਾਹਿਬ ਇੱਥੇ ਤਰਕ ਕਰਦੇ ਆ ਵੀ ਇਹ ਗਲਤ ਹੈ। ਗੁਰੂ ਸਾਹਿਬ ਕਹਿੰਦੇ, ਉਹ ਕਹਿੰਦੇ ਚੁੱਪ ਰਹੋ, ਚੁੱਪ ਰਹਿਣਾ ਰੱਬ ਮਿਲ ਜਾਂਦਾ। ਮਾਰ ਕਹਿੰਦੇ ਚੁੱਪ ਹੈ, ਚੁੱਪ ਨਾ ਹੋ ਬਈ, ਜੇ ਲਾਏ ਰਹਾਂ ਲਵਤਾਰ। ਉਹਨਾਂ ਨੇ ਕਟਾਕਸ਼ ਕੀਤਾ ਇਸ ਗੱਲ ਦੇ ਉੱਤੇ ਗੁਰੂ ਸਾਹਿਬ। ਗੁਰੂ ਗ੍ਰੰਥ ਸਾਹਿਬ ਤਾਂ ਹਰ ਗਲਤ ਗੱਲ 'ਤੇ ਤਰਕ ਕਰਦੇ ਆ, ਸੱਚ 'ਤੇ ਤਾਂ ਤਰਕ ਹੋ ਹੀ ਨਹੀਂ ਸਕਦਾ ਕੋਈ। ਤੁਸੀਂ ਵੀ ਉੱਥੇ ਜਰਨੀ ਸ਼ੁਰੂ ਕੀਤੀ, ਗੁਰਬਾਣੀ ਪੜ੍ਹੀ, ਤੁਹਾਡੇ 'ਚ ਇੰਨੀ ਚੇਂਜ ਕਿਵੇਂ ਆ ਗਈ ਉਹਨਾਂ 'ਚ? ਕਿਉਂ ਨਹੀਂ ਆਪਾਂ ਪ੍ਰੈਕਟੀਕਲ ਸੋਚਦੇ ਹਾਂ ਵੀਰ ਜੀ, ਆਲੇ ਦੁਆਲੇ ਤੋਂ ਸਿੱਖਦੇ ਹਾਂ। ਮੈਂ ਖੜਿਆ ਨਹੀਂ ਨਾ ਹੋਇਆ ਵੀ ਜੋ ਪੜ੍ਹ ਲਿਆ ਉਹੀ ਸੱਚ ਹੈ। ਮੈਂ ਸਟੇਜ 'ਤੇ ਕਹਿ ਕੇ ਆਇਆ ਵੀ ਮੈਂ ਅੱਜ ਕਹਿ ਰਿਹਾ, ਮੇਰੇ ਤੋਂ 10 ਸਾਲ ਬਾਅਦ ਕਿੰਨੇ ਵਧੀਆ ਬੰਦੇ ਹੋਰ ਆਉਣਗੇ, ਹੋਰ ਅੱਗੇ ਤੋਂ, ਅੱਜ ਤੋਂ 50 ਸਾਲ ਬਾਅਦ ਮੈਨੂੰ ਤਾਂ ਕਮਲਾ ਸਮਝਣਗੇ ਅਗਲੇ ਵੀ ਇਹਨਾਂ ਨੂੰ ਕੀ ਆਉਂਦਾ ਸੀ, ਕਿਉਂਕਿ ਦੁਨੀਆ ਤੇਜ਼ ਹੋ ਰਹੀ ਹੈ, ਜ਼ਮਾਨਾ ਬਹੁਤ ਅੱਗੇ ਵੱਧ ਰਿਹਾ, ਹਰ ਇੱਕ ਬੰਦੇ ਨੂੰ ਵਧਣ ਦਾ ਹੱਕ ਹੈ, ਆਪਣੇ ਤਰੀਕੇ ਨਾਲ ਸੋਚਣ ਦਾ ਹੱਕ ਹੈ। ਹਾਂਜੀ, ਤੁਸੀਂ ਕਹੇ ਵੀ ਡਰਾਉਣ ਦੀ ਗੱਲ ਨਹੀਂ, ਵੀ ਬਹਿ ਕੇ ਗੱਲਬਾਤ ਹੋ ਸਕਦੀ, ਉਹਨਾਂ ਨੇ ਕਿਹਾ ਕਿ ਅਸੀਂ ਬੈਠਣ ਲਈ ਤਿਆਰ ਹਾਂ। ਨਹੀਂ ਵੀਰ ਜੀ, ਮੈਂ ਤੁਹਾਨੂੰ ਕੱਲ੍ਹ ਮੀਡੀਆ 'ਚ ਪੁੱਛਿਆ ਸੀ, ਇੱਥੇ ਹੀ ਗੱਲ ਕੀਤੀ ਸੀ ਨਾ, ਜੇ ਕੋਈ ਅਗਲਾ ਕਹੇ ਜਾਂ ਤਾਂ ਇੰਟਰਵਿਊ ਕਰ ਲਓ ਅਤੇ ਜਾਂ ਤੁਹਾਡੇ ਕੈਮਰੇ ਭੰਨ ਦਿਆਂਗੇ, ਤੁਸੀਂ ਇਹੋ ਜਿਹੇ ਬੰਦੇ ਦੀ ਇੰਟਰਵਿਊ ਕਰੋਗੇ? ਤੁਸੀਂ ਕਹਿਣਾ ਐਟੀਚਿਊਡ ਦੀ ਪ੍ਰੋਬਲਮ ਹੈ, ਤੁਹਾਡੇ ਸੁਭਾਅ ਦੀ ਪ੍ਰੋਬਲਮ ਹੈ। ਇੱਕ ਸੁਭਾਅ ਹੁੰਦਾ, ਆਪਾਂ ਹੁਣ ਇੱਥੇ ਖੜ੍ਹੇ ਹਾਂ, ਲੈ ਤੁਸੀਂ ਮਾਈਕ ਲੈ ਲਓ, ਸਾਰੇ ਜਣੇ ਵਿਚਾਰ ਕਰੋ, ਪੁੱਛੋ ਜਿਹੜਾ ਸਵਾਲ ਪੁੱਛਣਾ, ਮੈਂ ਮਾਈਕ 'ਚ ਜਵਾਬ ਦਿੰਦਾ, ਆਪਾਂ 3 ਘੰਟੇ ਖੜ੍ਹਦੇ ਹਾਂ ਇੱਥੇ। ਪਰ ਜੇ ਅਗਲਾ ਕਹੂਗਾ ਵੀ ਜੇ ਤਾਂ ਵਿਚਾਰ ਕਰ, ਨਹੀਂ ਤਾਂ ਤੇਰੇ ਦੀਵਾਨ ਨਹੀਂ ਲੱਗਣ ਦੇਣੇ, ਪ੍ਰੋਬਲਮ ਆ ਆ ਇਹਨਾਂ ਦੀ, ਪ੍ਰੋਬਲਮ ਮੇਰੇ ਨਾਲ ਇਹਨਾਂ ਦਾ ਸੁਭਾਅ, ਜਿਹੜਾ ਠੇਕੇਦਾਰੀ ਸੁਭਾਅ ਆ, ਜਿਹੜਾ ਬੰਦੇ ਨੂੰ ਦਬਾਉਣ ਦਾ ਸੁਭਾਅ ਆ, ਪ੍ਰੋਬਲਮ ਇਹਨਾਂ ਨਾਲ ਮੇਰੀ ਇਹ ਹੈ। ਇਹ ਧਰਮ ਦੇ ਆਪਣੇ ਆਪ ਨੂੰ ਠੇਕੇਦਾਰ ਸਮਝਦੇ ਹੈ। ਇਹ ਕਹਿੰਦੇ ਆ ਜੋ ਅੱਜ ਤੱਕ ਸੁਣਾਤਾ ਉਦੋਂ ਬਾਹਰ ਨਾ ਜਾਓ, ਜੋ ਅੱਜ ਤੱਕ ਅਸੀਂ ਕਹਿਤਾ ਉਦੋਂ ਬਾਹਰ ਨਾ ਜਾਓ, ਜੋ ਬ੍ਰਹਮ ਗਿਆਨੀ ਸਾਡੇ ਕਹਿ ਗਏ ਲਿਖ ਗਏ ਉਦੋਂ ਤੋਂ ਨਵੀਂ ਕੋਈ ਗੱਲ ਕਰੇ ਨਾ, ਇਹਨਾਂ ਨਾਲ ਮੇਰੀ ਇਹ ਪ੍ਰੋਬਲਮ। ਅਮਰੀਕ ਸਿੰਘ ਅਜਨਾਲਾ ਕਹਿੰਦੇ ਕਿ ਇਹ ਜਿਹੜਾ ਦੀਵਾਨ ਹੈਗਾ ਇਸ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਨਹੀਂ ਹੈਗਾ, ਕਿਤੇ ਪ੍ਰਸ਼ਾਸਨ ਅਤੇ ਸਰਕਾਰ ਦਾ ਦੀਵਾਨ ਹੈਗਾ? ਨਹੀਂ, ਉਹ ਤਾਂ ਉਹਨਾਂ ਨੇ ਕਹਿਣਾ, ਦੇਖੋ ਜੇ ਮੈਂ ਅਮਰੀਕ ਸਿੰਘ ਅਜਨਾਲੇ ਨੂੰ ਇਹ ਧਮਕੀ ਦੇਵਾਂ ਵੀ ਅਜਨਾਲੇ ਨੂੰ ਕੁੱਟ ਕੇ ਉਹਦੇ ਵਿੱਚ ਬੋਰੀ 'ਚ ਪਾ ਕੇ ਬੰਦ ਕਰਕੇ ਕਰਾਂਗੇ, ਤਾਂ ਉਹਨੂੰ ਵੀ ਇੰਨੀ ਹੀ ਪ੍ਰੋਟੈਕਸ਼ਨ ਮਿਲੂਗੀ ਨਾ ਜੀ? ਸਿਸਟਮ ਹੈ, ਕਾਨੂੰਨ ਨੇ, ਅਤੇ ਕਾਨੂੰਨ ਲਈ ਤਾਂ ਅਮਰੀਕ ਸਿੰਘ ਜਨਾਲਾ ਵੀ ਉਹੀ ਹੈ, ਉਹਦੇ ਲਈ ਢੱਡਰੀਆਂ ਵਾਲਾ ਵੀ ਉਹੀ ਹੈ। ਜੇ ਮੈਂ ਸਰਕਾਰ ਦੀ ਸ਼ਹਿ 'ਤੇ ਕੰਮ ਕਰਦਾ ਜਾਂ ਮੈਂ ਸਰਕਾਰੀ ਹਾਂ, ਫਿਰ ਹਰਨਾਮ ਸਿੰਘ ਧੁੰਮਾ ਅੰਦਰ ਹੁੰਦਾ, ਉਹਦੀਆਂ ਗੱਡੀਆਂ ਆਈਆਂ ਸੀ ਜਿਸ ਦਿਨ ਸਾਡਾ ਬੰਦਾ ਮਾਰ ਕੇ ਗਏ ਹੈ, ਉਹਦੇ ਨਾਂ ਦੇ ਉੱਤੇ ਗੱਡੀਆਂ, ਛਬੀਲ ਲਾ ਕੇ ਬੰਦਾ ਮਾਰਿਆ ਜਾਂਦਾ, ਅਤੇ ਹਰਨਾਮ ਸਿੰਘ ਧੁੰਮਾ ਬਾਹਰ ਫਿਰਦਾ ਹੁੰਦਾ ਜੇ ਮੈਂ ਸਰਕਾਰੀ ਹੁੰਦਾ, ਜੇ ਮੈਂ ਕਾਂਗਰਸੀ ਹੁੰਦਾ। ਅਸੀਂ ਪ੍ਰਸ਼ਾਸਨ ਕੋਲ ਜਾਣ ਤੋਂ ਬਿਨਾਂ ਸਾਡੇ ਕੋਲ ਰਾਹ ਕੀ ਹੈ? ਅੱਜ ਜਾਂ ਤਾਂ ਇਹਨਾਂ ਨਾਲ ਆਪ ਲੜੀਏ, ਝਗੜਾ ਕਰੀਏ, ਅਤੇ ਜਾਂ ਫਿਰ ਭਾਈ ਅਸੀਂ ਆਪ ਪ੍ਰਸ਼ਾਸਨ ਅੱਗੇ। ਹਰ ਬੰਦਾ, ਇੱਕ ਆਮ ਖਾਸ ਨਾਗਰਿਕ ਇੱਥੇ ਜਿਹੜਾ ਵੀ ਹੈ, ਉਹ ਪ੍ਰਸ਼ਾਸਨ ਕੋਲ ਜਾ ਕੇ ਪ੍ਰੋਟੈਕਸ਼ਨ ਵਾਸਤੇ ਬੇਨਤੀ ਕਰ ਸਕਦਾ, ਜਿਹੜੀ ਅਸੀਂ ਕੀਤੀ ਹੈ, ਅਤੇ ਅੱਗੇ ਤੋਂ ਵੀ ਕਰਾਂਗੇ। ਸਰ, ਉਹ ਕੇਸ ਦਾ ਸਟੇਟਸ ਕੀ ਹੈ ਹੁਣ ਜਿਹੜਾ ਤੁਹਾਡੇ 'ਤੇ ਹਮਲਾ ਹੋਇਆ? ਉਹ ਚੱਲ ਰਿਹਾ ਜੀ, ਕੇਸ ਕੋਰਟ ਵਿੱਚ ਹੈ, ਅਜੇ ਗਵਾਹੀਆਂ ਗਵਾਹੀਆਂ ਚੱਲ ਰਹੀਆਂ, ਉਹ ਚੱਲ ਰਿਹਾ। ਬਾਕੀ ਹੁਣ ਇਹਨਾਂ ਨੇ ਤਾਂ ਦੇਖੋ, ਕੱਲ੍ਹ ਅਮਰੀਕ ਸਿੰਘ ਜਨਾਲੇ ਨੇ ਇਹ ਵੀ ਕਹਿਤਾ ਆ ਵੀ ਜੋਗੇ ਰੱਲੇ ਆਪਾਂ ਜਾਣਾ ਆ, ਅੱਜ ਆਡੀਓ ਘੁੰਮਦੀ ਹੈ, ਆਪਾਂ ਪ੍ਰਸ਼ਾਸਨ ਨੂੰ ਨਹੀਂ ਦੱਸਣਾ, ਆਪਾਂ ਚੋਰੀ ਜਾਣਾ। ਐਂ ਨਹੀਂ ਲੱਗਦਾ ਵੀ ਇਹ ਨਿਰੰਕਾਰੀ ਠੱਤਰ ਵਾਲਾ ਕਾਂਡ ਦੁਬਾਰਾ ਦੁਹਰਾਉਣਾ ਚਾਹੁੰਦੇ ਆ। ਹੁਣ ਜੇ ਭਰੇ ਪ੍ਰੋਗਰਾਮ ਦੇ ਵਿੱਚ ਇੱਦਾਂ ਦੇ ਬੰਦੇ, ਮੰਨ ਲਓ 50 ਬੰਦੇ ਲੈ ਕੇ ਕਿਰਪਾਨਾਂ ਬੰਦੂਕਾਂ ਆ ਗਏ ਜਾਂ ਗੁਪਤ ਆ ਗਏ, ਅਤੇ ਅੱਗੋਂ ਜੇ ਅਟੈਕ ਹੋ ਗਿਆ ਤਾਂ ਫਿਰ ਮੁੜ ਕੇ ਕੀ ਕਿਹਾ ਜਾਊਗਾ? ਸਾਰਾ ਦੋਸ਼ ਫਿਰ ਸਾਡੇ 'ਤੇ ਮੜਨ ਵਾਸਤੇ ਵੀ ਇਹ ਕਿਹਾ ਜਾਵੇ ਵੀ ਇਹਨਾਂ ਨੇ ਸਿੰਘਾਂ ਦਾ ਘਾਣ ਕਰਤਾ ਜੀ, ਜਦੋਂ ਇਹ ਆਉਂਦੇ ਹੀ ਕਿਉਂ ਨੇ? 21 ਸਾਲ ਦੇ ਪ੍ਰਚਾਰ ਵਿੱਚ ਅੱਜ ਤੱਕ ਸਾਡਾ ਕਿਸੇ ਦੀਵਾਨ ਦੇ ਵਿੱਚ ਕੋਈ ਖੱਲਰ ਪਿਆ? ਜਗ੍ਹਾ ਜਗ੍ਹਾ ਲੱਖਾਂ ਸੰਗਤਾਂ ਦੇ ਇਕੱਠ 'ਚ ਪ੍ਰੋਗਰਾਮ ਹੋਇਆ, ਰਾਤਾਂ ਦੇ ਦੀਵਾਨਾਂ ਵਿੱਚ ਲੱਖ ਲੱਖ ਬੰਦਾ ਵੀ ਹੋ ਜਾਂਦਾ, ਇੰਨਾ ਇੰਨਾ ਇਕੱਠ ਵੀ ਹੋਇਆ, ਪਰ ਕਿਤੇ ਕੋਈ ਰੌਲਾ ਨਹੀਂ ਪੈਂਦਾ। ਆਹ ਤਾਂ ਇਹਨਾਂ ਨੇ ਹੁਣ ਆਪ ਇਹ ਨਾ ਸ਼ੁਰੂ ਕਰਨ 'ਤੇ ਕੋਈ ਰੌਲਾ ਹੈ ਹੀ ਨਹੀਂ, ਇਹ ਧੱਕਾ ਕਰਦੇ ਆ। ਔਰ ਮੈਂ ਵੀ ਬੇਨਤੀ ਕਰਦਾ, ਇਹ ਭੇਜੇ ਆਏ ਆ ਜੀ, ਅਕਾਲ ਤਖ਼ਤ ਦਾ ਜਿਹੜਾ ਢਾਂਚਾ ਆ, ਇਹ ਜਿਹੜਾ ਪਿੰਡ ਹੈ ਗਦੜਿਆਣੀ, ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਪਿੰਡ ਹੈ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਪੱਗ ਕਿਹਦੇ ਕੋਲ ਹੈ? ਗੋਬਿੰਦ ਸਿੰਘ ਲੌਂਗੋਵਾਲ ਕੋਲ। ਗੋਬਿੰਦ ਸਿੰਘ ਲੌਂਗੋਵਾਲ ਕੌਣ ਹੈ? SGPC ਪ੍ਰਧਾਨ ਹੈ। ਉਹਨਾਂ ਨੇ ਇੱਥੇ ਟਰਾਈ ਵੀ ਕੀਤੀ ਸੀ ਵੀ ਇਹ ਦੀਵਾਨ ਰੱਦ ਹੋਣ, ਮੈਨੂੰ ਇਹ ਖਬਰ ਮਿਲੀ ਸੀ, ਅਤੇ ਮੇਰਾ ਮੰਨਣਾ ਇਹ ਹੈ ਵੀ ਇਹਦੇ ਪਿੱਛੇ ਵੀ ਜਿਹੜੇ ਉਹਨਾਂ ਨੇ ਵੇਖ ਲਿਆ ਵੀ ਜਥੇਦਾਰਾਂ ਤੱਕ ਆਇਆ ਨਹੀਂ, ਅਤੇ 1 ਮਹੀਨੇ ਦਾ ਉੱਧਰੋਂ ਟਾਈਮ ਵਧਾ ਦਿੱਤਾ, ਅਤੇ ਉੱਧਰੋਂ ਇਹਨਾਂ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਵੀ ਹੱਲਾਸ਼ੇਰੀ ਦੇ ਕੇ ਰੌਲਾ ਰੱਪਾ ਪਾਓ, ਆਪਣੇ ਆਪ ਹੀ ਲਿਲਕੜੀਆਂ ਕੱਢਦਾ ਅਕਾਲ ਤਖ਼ਤ ਆਊਗਾ। ਮਸਲਾ ਇਹ ਲਾਸਟ ਦੇ ਵਿੱਚ ਕੀ ਮਤਲਬ ਜਿਹੜਾ ਪਹਿਲਾਂ ਸਵਾਲ ਕਿਹਾ, ਤੁਸੀਂ 1 ਮਹੀਨੇ ਦਾ ਸਮਾਂ ਦਿੱਤਾ, ਜਾਵੋਗੇ ਜਾਂ ਨਹੀਂ? ਕਿਉਂ ਜਾਵਾਂਗੇ ਜੀ? ਮੈਂ
ਉਹਨਾਂ 'ਤੇ ਗੱਲ ਕਰ ਲੈਣ, ਉਦੋਂ ਬਾਅਦ ਸਾਰੇ ਬਾਬਿਆਂ ਨੂੰ ਹੁਕਮਨਾਮਾ ਜਾਰੀ ਕਰਨ। ਅਕਾਲ ਤਖਤ ਦੀ ਇੱਕ ਮਰਿਆਦਾ, ਸੰਵਿਧਾਨ ਇੱਕ ਹੁੰਦਾ ਦੇਸ਼ ਵਿੱਚ, ਇੱਕ ਦੇਸ਼ ਵਿੱਚ 10 ਸੰਵਿਧਾਨ ਨਹੀਂ ਹੋ ਸਕਦੇ। ਅਕਾਲ ਤਖਤ ਦੀ ਮਰਿਆਦਾ ਹਰ ਬਾਬਾ ਆਪਣੇ ਡੇਰੇ 'ਚ ਲਾਗੂ ਕਰੇ। ਮੈਂ ਦੰਡੌਤਾਂ ਕਰਦਾ ਅਕਾਲ ਤਖਤ 'ਤੇ ਜਾਊਂਗਾ, ਮੇਰਾ ਵਾਅਦਾ ਆ, ਮੈਂ ਅਕਾਲ ਤਖਤ 'ਤੇ ਜਾਊਂਗਾ। ਅਕਾਲ ਤਖਤ ਦੀ ਹੀ ਮਰਿਆਦਾ, ਮੈਂ ਆਪਣੀ ਮਰਿਆਦਾ ਨਹੀਂ ਕਹਿ ਰਿਹਾ, ਅਕਾਲ ਤਖਤ ਦੀ ਮਰਿਆਦਾ ਹਰ ਬਾਬਾ ਆਪਣੇ ਡੇਰੇ ਵਿੱਚ ਲਾਗੂ ਕਰੇ ਅਤੇ ਇਹ ਅਕਾਲ ਤਖਤ ਦਾ ਜਹੇਦਾਰ ਹੁਕਮਨਾਮਾ ਜਾਰੀ ਕਰ ਦੇ, ਮੈਂ ਲੰਮਾ ਪੈ ਕੇ ਜਾਊਂਗਾ। ਸਿੰਘਾਂ ਵੱਲੋਂ ਵੀਡੀਓ ਵਾਇਰਲ ਕੀਤੀ ਗਈ ਸੀ, ਤੁਹਾਡੇ ਵੱਲੋਂ ਕੋਈ ਪ੍ਰਸ਼ਾਸਨ ਉਹਦੇ ਖਿਲਾਫ ਕੰਪਲੇਂਟ? ਨਹੀਂ, ਉਹਦੇ ਵਾਸਤੇ ਨਹੀਂ, ਉਹਨਾਂ ਨੇ ਸੁਣ ਲਈ ਹੈ ਜੀ, ਮੈਂ ਉਹਦੇ ਵਾਸਤੇ ਕੋਈ ਕੰਪਲੇਂਟ ਨਹੀਂ ਕੀਤੀ। ਇਹਨਾਂ ਨੂੰ ਪਤਾ ਹੀ ਹੈ ਵੀ ਉਹਨਾਂ ਨੇ ਇੱਦਾਂ ਦੀ ਧਮਕੀ ਸ਼ਰੇਆਮ ਡੈਮੋਕਰੈਟਿਕ ਸਿਸਟਮ ਦੇ ਵਿੱਚ ਮਾਰਨ ਦੀਆਂ ਧਮਕੀਆਂ ਦੇਣੀਆਂ ਗਲਤ ਨੇ। ਅਸੀਂ ਕਿਸੇ ਨੂੰ ਨਾ ਧਮਕੀ ਦਿੱਤੀ ਹੈ ਨਾ ਦੇਵਾਂ, ਤਾਂ ਇਹਨਾਂ ਨਾਲ ਆਪ ਲੜੀਏ, ਝਗੜਾ ਕਰੀਏ, ਅਤੇ ਜਾਂ ਫਿਰ ਭਾਈ ਅਸੀਂ ਆਪ ਪ੍ਰਸ਼ਾਸਨ ਅੱਗੇ, ਹਰ ਬੰਦਾ ਇੱਕ ਆਮ ਖਾਸ ਨਾਗਰਿਕ ਇੱਥੇ ਜਿਹੜਾ ਵੀ ਹੈ ਉਹ ਪ੍ਰਸ਼ਾਸਨ ਕੋਲ ਜਾ ਕੇ ਪ੍ਰੋਟੈਕਸ਼ਨ ਵਾਸਤੇ ਬੇਨਤੀ ਕਰ ਸਕਦਾ, ਜਿਹੜੀ ਅਸੀਂ ਕੀਤੀ ਹੈ ਅਤੇ ਅੱਗੇ ਤੋਂ ਵੀ ਕਰਾਂਗੇ। ਸਰ, ਉਹ ਕੇਸ ਦਾ ਸਟੇਟਸ ਕੀ ਹੈ ਹੁਣ ਜਿਹੜਾ ਤੁਹਾਡੇ 'ਤੇ ਹਮਲਾ ਹੋਇਆ? ਉਹ ਚੱਲ ਰਿਹਾ ਜੀ, ਕੇਸ ਕੋਰਟ ਵਿੱਚ ਹੈ, ਅਜੇ ਗਵਾਹੀਆਂ ਗਵਾਹੀਆਂ ਚੱਲ ਰਹੀਆਂ, ਉਹ ਚੱਲ ਰਿਹਾ। ਬਾਕੀ ਹੁਣ ਇਹਨਾਂ ਨੇ ਤਾਂ ਦੇਖੋ, ਕੱਲ੍ਹ ਅਮਰੀਕ ਸਿੰਘ ਜਨਾਲੇ ਨੇ ਵੀ ਕਹਿ ਦਿੱਤਾ ਆ ਵੀ ਜੋਗੇ ਰੱਲੇ ਆਪਾਂ ਜਾਣਾ ਆ, ਅੱਜ ਆਡੀਓ ਘੁੰਮਦੀ ਹੈ, ਆਪਾਂ ਪ੍ਰਸ਼ਾਸਨ ਨੂੰ ਨਹੀਂ ਦੱਸਣਾ, ਆਪਾਂ ਚੋਰੀ ਜਾਣਾ। ਐਂ ਨਹੀਂ ਲੱਗਦਾ ਵੀ ਇਹ ਨਿਰੰਕਾਰੀ 78 ਵਾਲਾ ਕਾਂਡ ਦੁਬਾਰਾ ਦੁਹਰਾਉਣਾ ਚਾਹੁੰਦੇ ਆ। ਹੁਣ ਜੇ ਭਰੇ ਪ੍ਰੋਗਰਾਮ ਦੇ ਵਿੱਚ ਇਦਾਂ ਦੇ ਬੰਦੇ, ਮੰਨ ਲਓ 50 ਬੰਦੇ ਲੈ ਕੇ ਕਿਰਪਾਨਾਂ ਬੰਦੂਕਾਂ ਆ ਗਏ ਜਾਂ ਗੁਪਤ ਆ ਗਏ, ਅਤੇ ਅੱਗੋਂ ਜੇ ਅਟੈਕ ਹੋ ਗਿਆ ਤਾਂ ਫਿਰ ਮੁੜ ਕੇ ਕੀ ਕਿਹਾ ਜਾਊਗਾ? ਸਾਰਾ ਦੋਸ਼ ਫਿਰ ਸਾਡੇ 'ਤੇ ਮੜਨ ਵਾਸਤੇ ਵੀ ਇਹ ਕਿਹਾ ਜਾਵੇ ਵੀ ਇਹਨਾਂ ਨੇ ਸਿੰਘਾਂ ਦਾ ਘਾਣ ਕਰਤਾ ਜੀ, ਜਦੋਂ ਇਹ ਆਉਂਦੇ ਹੀ ਕਿਉਂ ਨੇ? 21 ਸਾਲ ਦੇ ਪ੍ਰਚਾਰ ਵਿੱਚ ਅੱਜ ਤੱਕ ਸਾਡਾ ਕਿਸੇ ਦੀਵਾਨ ਦੇ ਵਿੱਚ ਕੋਈ ਖੱਲਰ ਪਿਆ? ਜਗ੍ਹਾ ਜਗ੍ਹਾ ਲੱਖਾਂ ਸੰਗਤਾਂ ਦੇ ਇਕੱਠ 'ਚ ਪ੍ਰੋਗਰਾਮ ਹੋਇਆ, ਰਾਤਾਂ ਦੇ ਦੀਵਾਨਾਂ ਵਿੱਚ ਲੱਖ ਲੱਖ ਬੰਦਾ ਵੀ ਹੋ ਜਾਂਦਾ, ਇੰਨਾ ਇੰਨਾ ਇਕੱਠ ਵੀ ਹੋਇਆ, ਪਰ ਕਿਤੇ ਕੋਈ ਰੌਲਾ ਨਹੀਂ ਪੈਂਦਾ। ਆਹ ਤਾਂ ਇਹਨਾਂ ਨੇ ਹੁਣ ਆਪ ਇਹ ਨਾ ਸ਼ੁਰੂ ਕਰਨ 'ਤੇ ਕੋਈ ਰੌਲਾ ਹੈ ਹੀ ਨਹੀਂ, ਇਹ ਧੱਕਾ ਕਰਦੇ ਆ। ਔਰ ਮੈਂ ਵੀ ਬੇਨਤੀ ਕਰਦਾ, ਇਹ ਭੇਜੇ ਆਏ ਆ ਜੀ, ਅਕਾਲ ਤਖਤ ਦਾ ਜਿਹੜਾ ਢਾਂਚਾ ਆ, ਇਹ ਜਿਹੜਾ ਪਿੰਡ ਹੈ ਗਦੜਿਆਣੀ, ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਪਿੰਡ ਹੈ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਪੱਗ ਕਿਹਦੇ ਕੋਲ ਹੈ? ਗੋਬਿੰਦ ਸਿੰਘ ਲੌਂਗੋਵਾਲ ਕੋਲ। ਗੋਬਿੰਦ ਸਿੰਘ ਲੌਂਗੋਵਾਲ ਕੌਣ ਹੈ? ਐਸ ਜੀ ਪੀ ਸੀ ਪ੍ਰਧਾਨ ਹੈ। ਉਹਨਾਂ ਨੇ ਇੱਥੇ ਟਰਾਈ ਵੀ ਕੀਤੀ ਸੀ ਵੀ ਇਹ ਦੀਵਾਨ ਰੱਦ ਹੋਣ, ਮੇਰਾ ਮੈਨੂੰ ਇਹ ਖਬਰ ਮਿਲੀ ਸੀ, ਅਤੇ ਮੇਰਾ ਮੰਨਣਾ ਇਹ ਹੈ ਵੀ ਇਹਦੇ ਪਿੱਛੇ ਵੀ ਜਿਹੜੇ ਉਹਨਾਂ ਨੇ ਵੇਖ ਲਿਆ ਵੀ ਜਥੇਦਾਰਾਂ ਤੱਕ ਆਇਆ ਨਹੀਂ, ਅਤੇ ਇੱਕ ਮਹੀਨੇ ਦਾ ਉੱਧਰੋਂ ਟਾਈਮ ਵਧਾ ਦਿੱਤਾ, ਅਤੇ ਉੱਧਰੋਂ ਇਹਨਾਂ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਵੀ ਹੱਲਾਸ਼ੇਰੀ ਦੇ ਕੇ ਰੌਲਾ ਰੱਪਾ ਪਾਓ, ਆਪਣੇ ਆਪ ਹੀ ਲਿਲਕੜੀਆਂ ਕੱਢਦਾ ਅਕਾਲ ਤਖ਼ਤ 'ਤੇ ਆਊਗਾ ਮਸਲਾ ਇਹ। ਲਾਸਟ ਦੇ ਵਿੱਚ ਕੀ ਮਤਲਬ ਜਿਹੜਾ ਤੁਸੀਂ ਪਹਿਲਾਂ ਸਵਾਲ ਕੀਤਾ, ਤੁਸੀਂ ਇੱਕ ਮਹੀਨੇ ਦਾ ਸਮਾਂ ਦਿੱਤਾ ਕਿ ਜਾਵੋਗੇ ਜਾਂ ਨਹੀਂ? ਕਿਉਂ ਜਾਵਾਂਗੇ ਜੀ? ਮੈਂ ਕਹਿੰਦਾ ਵੀ ਸਦਾ ਹੀ ਜਾਣ ਨੂੰ ਤਿਆਰ ਹਾਂ, ਪਰ ਬਾਕੀਆਂ ਲਈ ਕਮੇਟੀਆਂ ਬਣਾ ਲੈਣ। ਕਿੰਨੇ ਸਰਸੇ ਵਾਲੇ ਨੂੰ ਮਾਫ਼ ਕਰਵਾਇਆ, ਕਿਹੜੇ ਕਿਹੜੇ ਲੀਡਰ ਉਹਦੇ ਵਿੱਚ ਇਨਵੋਲਵ ਸੀ, ਉਹਨਾਂ 'ਤੇ ਇੱਕ ਗੱਲ ਕਰ ਲੈਣ, ਉਦੋਂ ਬਾਅਦ ਸਾਰੇ ਬਾਬਿਆਂ ਨੂੰ ਹੁਕਮਨਾਮਾ ਜਾਰੀ ਕਰਨ। ਅਕਾਲ ਤਖਤ ਦੀ ਇੱਕ ਮਰਿਆਦਾ, ਸੰਵਿਧਾਨ ਇੱਕ ਹੁੰਦਾ ਦੇਸ਼ ਵਿੱਚ, ਇੱਕ ਦੇਸ਼ ਵਿੱਚ 10 ਸੰਵਿਧਾਨ ਨਹੀਂ ਹੋ ਸਕਦੇ। ਅਕਾਲ ਤਖਤ ਦੀ ਮਰਿਆਦਾ ਹਰ ਬਾਬਾ ਆਪਣੇ ਡੇਰੇ 'ਚ ਲਾਗੂ ਕਰੇ। ਮੈਂ ਦੰਡੌਤਾਂ ਕਰਦਾ ਅਕਾਲ ਤਖਤ 'ਤੇ ਜਾਊਂਗਾ, ਮੇਰਾ ਵਾਅਦਾ ਆ, ਮੈਂ ਅਕਾਲ ਤਖਤ 'ਤੇ ਜਾਊਂਗਾ। ਅਕਾਲ ਤਖਤ ਦੀ ਹੀ ਮਰਿਆਦਾ, ਮੈਂ ਆਪਣੀ ਮਰਿਆਦਾ ਨਹੀਂ ਕਹਿ ਰਿਹਾ, ਅਕਾਲ ਤਖਤ ਦੀ ਮਰਿਆਦਾ ਹਰ ਬਾਬਾ ਆਪਣੇ ਡੇਰੇ ਵਿੱਚ ਲਾਗੂ ਕਰੇ ਅਤੇ ਇਹ ਅਕਾਲ ਤਖਤ ਦਾ ਜਹੇਦਾਰ ਹੁਕਮਨਾਮਾ ਜਾਰੀ ਕਰ ਦੇ, ਮੈਂ ਲੰਮਾ ਪੈ ਕੇ ਜਾਊਂਗਾ। ਸਿੰਘਾਂ ਵੱਲੋਂ ਵੀਡੀਓ ਵਾਇਰਲ ਕੀਤੀ ਗਈ ਸੀ, ਤੁਹਾਡੇ ਵੱਲੋਂ ਕੋਈ ਪ੍ਰਸ਼ਾਸਨ ਉਹਦੇ ਖਿਲਾਫ ਕੰਪਲੇਂਟ? ਨਹੀਂ, ਉਹਦੇ ਵਾਸਤੇ ਨਹੀਂ, ਉਹਨਾਂ ਨੇ ਸੁਣ ਲਈ ਹੈ ਜੀ, ਮੈਂ ਉਹਦੇ ਵਾਸਤੇ ਕੋਈ ਕੰਪਲੇਂਟ ਨਹੀਂ ਕੀਤੀ। ਇਹਨਾਂ ਨੂੰ ਪਤਾ ਹੀ ਹੈ ਵੀ ਉਹਨਾਂ ਨੇ ਇੱਦਾਂ ਦੀ ਧਮਕੀ ਸ਼ਰੇਆਮ ਡੈਮੋਕਰੈਟਿਕ ਸਿਸਟਮ ਦੇ ਵਿੱਚ ਮਾਰਨ ਦੀਆਂ ਧਮਕੀਆਂ ਦੇਣੀਆਂ ਗਲਤ ਨੇ। ਅਸੀਂ ਕਿਸੇ ਨੂੰ ਨਾ ਧਮਕੀ ਦਿੱਤੀ ਹੈ ਨਾ ਦੇਵਾਂ।